ਸਰ ਜਿਹੜਾ ਪਿਛਲਾ ਕੋਵਿਡ ਜਿਹੜਾ ਕਿਹਾ ਹੈਗਾ ਉਹਦੇ ਦੌਰਾਨ ਜਿਹੜਾ ਟੈਲੀਮੈਡੀਸਨ ਇੱਕ ਸਿਸਟਮ ਸ਼ੁਰੂ ਕੀਤਾ ਗਿਆ ਸੀ ਬਹੁਤ ਕਾਰਗਰ ਰਿਹਾ ਅਤੇ ਜਿੱਥੇ ਕਿ ਜਿਹੜੇ ਮਾਹਿਰ ਡਾਕਟਰ ਸੀਗੇ ਜਿਹੜੇ ਕਿ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੂੰ ਮਤਲਬ ਕਿ ਫੋਨ ਦੇ ਰਾਹੀਂ ਗਾਈਡ ਕਰਦੇ ਸੀ ਕਿ ਉਹਨਾਂ ਨੂੰ ਕੀ ਖਾਣਾ ਚਾਹੀਦਾ ਔਰ ਕਿਸ ਤਰ੍ਹਾਂ ਦੀ ਮਤਲਬ ਕਿ ਯੋਗਾ ਕਰਨਾ ਹੈਗਾ ਜਾਂ ਉਹਨਾਂ ਦੀ ਦਿਨਚਰਿਆ ਕਿਵੇਂ ਰਹਿਣੀ ਹੈਗੀ ਹੈ ਅਤੇ ਉਹਦੇ ਬਾਰੇ ਗਾਈਡ ਕਰਦੇ ਸੀਗੇ ਅਤੇ ਲੋਕ ਆਪਣੇ ਆਪ ਨੂੰ ਉਹਨਾਂ ਦੇ ਆਧਾਰ 'ਤੇ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਸਟੇਬਲ ਕਰ ਲੈਂਦੇ ਸੀ ਔਰ ਅੱਗੇ ਜਿਹੜੇ ਕਿ ਉਹ ਗਾਈਡ ਕਰਕੇ ਅਤੇ ਤੰਦਰੁਸਤ ਹੋਏ ਨੇ ਪਰ ਹੁਣ ਦੇਖਿਆ ਗਿਆ ਕਿ ਹੁਣ ਕੁਛ ਲੋਕ ਜਿਹੜੇ ਕਾਫੀ ਹਸਪਤਾਲਾਂ ਵੱਲ ਭੱਜਦੇ ਨੇ ਹਸਪਤਾਲਾਂ ਦਾ ਮਾਹੌਲ ਦੇਖ ਕੇ ਉਹ ਪੈਨਿਕ ਹੋ ਜਾਂਦੇ ਨੇ ਡਰ ਜਾਂਦੇ ਨੇ ਅਤੇ ਇਹਦੇ ਕਰਕੇ ਮੈਂ ਸਮਝਦਾ ਕਿ ਜਿਹੜਾ ਪਿਛਲਾ ਕਾਰਗਰ ਸੀਗਾ ਟੈਲੀਮੈਡੀਸਨ ਸਿਸਟਮ ਸੀਗਾ ਉਹ ਵਧੀਆ ਸੀਗਾ ਔਰ ਲੋਕ ਉਹਨੂੰ ਫੋਲੋ ਵੀ ਕਰਦੇ ਬੈਸਟ ਮੈਥਡ ਸੀ ਉਸ ਮੈਥਡ ਨੂੰ ਫਰਦਰ ਵੀ ਅਪਲਾਈ ਕਰਨਾ ਚਾਹੀਦਾ ਬਾਕੀ ਰਹੀ ਗੱਲ ਅਤੇ ਜਿਹੜੀਆਂ ਮੈਡੀਸਨਸ ਨੇ ਜਾਂ ਲੋਕ ਡਾਕਟਰਾਂ ਜ਼ਿਆਦਾ ਭੱਜਦੇ ਨੇ ਉਹਨਾਂ ਮੇਰੇ ਖਿਆਲ ਮੁਤਾਬਕ ਜਿਹੜੇ ਘਰੇਲੂ ਨੁਸਖੇ ਹੈਗੇ ਨੇ ਉਹਨਾਂ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਤਾਂ ਉਹਦਾ ਹੱਲ ਇਹੀ ਹੈਗਾ ਵੀ ਮੈਕਸੀਮਮ ਘਰਾਂ ਦੇ ਵਿੱਚ ਲੋਕ ਆਪਣਾ ਟ੍ਰੀਟਮੈਂਟ ਕਰਨ ਆਪਣੀ ਸੇਫਟੀ ਰੱਖਣ ਆਪਣੇ ਮਾਸਕ ਲਗਾ ਕੇ ਰੱਖਣ ਹੋਰ ਆਪਣਾ ਜੋ ਹੈ ਗਰਮ ਪਾਣੀ ਪੀਣ ਇੱਦਾਂ ਦੀਆਂ ਜੋ ਵੀ ਚੀਜ਼ਾਂ ਹੈਗੀਆਂ ਨੇ ਉਹ ਇਸਤੇਮਾਲ ਕਰਨ ਉਹ ਬਹੁਤ ਵਧੀਆ ਸੀਗਾ ਕਿ ਪਹਿਲੇ ਜਦੋਂ ਪਿਛਲੇ ਸਾਲ ਸੀਗਾ ਤੇ ਲੋਕੀ ਕਾਫੀ ਉਹਨਾਂ ਦੇ ਮਨ ਚ ਡਰ ਵੀ ਸੀਗਾ ਔਰ ਉਸ ਡਰ ਦੇ ਕਰਕੇ ਉਹ ਇਸ ਚੀਜ਼ ਹਰ ਚੀਜ਼ ਨੂੰ ਫੋਲੋ ਵੀ ਕਰਦੇ ਸੀਗੇ ਚਾਹੇ ਕੁਛ ਮਾਸਕ ਸੀ ਚਾਹੇ ਜ਼ਿਆਦਾਤਰ ਘਰੋਂ ਨਹੀਂ ਨਿਕਲਦੇ ਸੀ ਜਾਂ ਕੁਛ ਵੀ ਸੀਗਾ ਅੱਜ ਦੀ ਡੇਟ ਚ ਕੋਰੋਨਾ ਦਾ ਜਿਹੜਾ ਮੁੱਖ ਕਾਰਨ ਵਧਣ ਦਾ ਇਹੀ ਹੈਗਾ ਕਿ ਲੋਕਾਂ ਦੇ ਮਨ ਚ ਡਰ ਕੋਰੋਨਾ ਇਹ ਉਹਨਾਂ ਤੋਂ ਜਾ ਕੇ ਪੁੱਛੋ ਜਿਹਨਾਂ ਦੇ ਘਰਾਂ ਦੇ ਵਿੱਚ ਪਰਿਵਾਰ ਦੇ ਪਰਿਵਾਰ ਜੁੜ ਗਏ ਨੇ ਪਰ ਮੈਂ ਇਹੀ ਕਹਿੰਦਾ ਜਿਹੜੀ ਪਹਿਲੇ ਆ ਕਾੜਾ ਹੋ ਗਿਆ ਜਾਂ ਕੁਛ ਵੀ ਹੁੰਦਾ ਸੀ ਦੇਸੀ ਜਾਂ ਟੈਲੀ ਮੈਡੀਸਿਨ ਆਪਾਂ ਕਹਿ ਦਿੰਦੇ ਹਾਂ ਉਹ ਹੁੰਦੀਆਂ ਸੀਗੀਆਂ ਉਸ ਨਾਲ ਲੋਕਾਂ ਨੂੰ ਕਾਫੀ ਅਵੇਅਰ ਹੁੰਦਾ ਸੀਗਾ ਔਰ ਉਸਨੂੰ ਲੋਕੀ ਇੱਕ ਕਹਿੰਦੇ ਕਿ ਮੈਡੀਸਿਨ ਕੀ ਇੱਕ ਉਸ ਤੋਂ ਯਾਨੀ ਉਹਨੂੰ ਫੋਲੋ ਵੀ ਕਰਦੇ ਸੀ ਸਭ ਕੁਛ ਕਰਦੇ ਸੀ ਪਰ ਅੱਜ ਦੀ ਡੇਟ 'ਚ ਕੋਈ ਵੀ ਨਹੀਂ ਕਰਦਾ ਕੋਈ ਇਸ ਨੂੰ ਇੱਕ ਲਾਈਟਲੀ ਲੈ ਰਿਹਾ ਹੁਣ ਤੁਸੀਂ ਦੇਖੋ ਇੰਜੈਕਸ਼ਨ ਸੀਗੇ ਆ ਕਾਫੀ ਲਾਈਟਲੀ ਲੈ ਰਹੇ ਨੇ ਪਰ ਮੇਰਾ ਜਿੱਥੇ ਤੱਕ ਆਈਡੀਆ ਇਹ ਹੈਗਾ ਵਾ ਕਿ ਇਹ ਇੰਨਾ ਕੁ ਭਿਅੰਕਰ ਰੂਪ ਲਏਗੀ ਮਹਾਮਾਰੀ ਕਿ ਜਿਹੜਾ ਕਿ ਇੱਥੇ ਇੰਡੀਆ 'ਚ ਕੰਟਰੋਲ ਨਹੀਂ ਹੋਏਗਾ ਇਹ ਟੈਲੀਮੈਡੀਸਨ ਆਪਾਂ ਹੈਲਥ ਡਿਪਾਰਟਮੈਂਟ ਵਿਭਾਗ ਵੱਲੋਂ ਇੱਕ ਏਜੰਸੀ ਨੂੰ ਹਾਇਰ ਕੀਤਾ ਗਿਆ ਹੈਗਾ ਇਹਨਾਂ ਨੇ ਕੰਮ ਆਪਣਾ ਪਿਛਲੇ 2 ਅਕਤੂਬਰ ਤੋਂ ਸ਼ੁਰੂ ਕੀਤਾ ਸੀ ਔਰ ਪਿਛਲੀ ਵਾਰੀ ਜਿਹੜਾ ਪੰਜਾਬ ਨੇ ਆਪਣਾ ਪੀਕ ਦੇਖਿਆ ਸੀਗਾ ਉਸ ਦੌਰਾਨ ਇਹਨਾਂ ਨੇ ਸਾਡੀ ਕਾਫੀ ਹੱਦ ਤੱਕ ਜਿੰਨੇ ਵੀ ਹੋਮ ਆਈਸੋਲੇਸ਼ਨ ਤੇ ਘਰਾਂ ਦੇ ਵਿੱਚ ਜਿਹੜੇ ਪੇਸ਼ੈਂਟ ਰਹਿ ਕੇ 14 ਦਿਨਾਂ ਤੱਕ ਉਹਨਾਂ ਨੇ ਆਪਣੇ ਕੁਆਰੰਟਾਈਨ ਪੀਰੀਅਡ ਨੂੰ ਕੰਪਲੀਟ ਕੀਤਾ ਸੀ ਉਹਨਾਂ ਨੂੰ ਡੇਲੀ ਦਿਨ ਵਿੱਚ 2 ਵਾਰੀ ਕਾਲ ਕਰਦੇ ਹੈਗੇ ਨੇ ਉਹਨਾਂ ਦੇ ਬਾਰੇ ਇਹ ਉਹਨਾਂ ਦੀ ਹਾਲਤ ਪੁੱਛਦੇ ਹੈਗੇ ਆਕਸੀਜਨ ਲੈਵਲਸ ਕੀ ਹੈ ਬੁਖਾਰ ਤਾਂ ਨਹੀਂ ਹੈ ਜੇਕਰ ਪੇਸ਼ੈਂਟ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਮਹਿਸੂਸ ਹੁੰਦੀ ਹੈਗੀ ਹੈ ਤਾਂ ਇਸ ਏਜੰਸੀ ਕੋਲ ਡਾਕਟਰਸ ਹੈਗੇ ਨੇ ਜਿਨ੍ਹਾਂ ਨਾਲ ਇਹ ਕੰਟੈਕਟ ਕਰ ਲੈਂਦੇ ਹੈਗੇ ਜੇ ਫੋਨ ਤੇ ਵੀ ਡਾਕਟਰ ਦੇ ਨਾਲ ਲੱਗਦਾ ਹੈ ਕਿ ਪੇਸ਼ੈਂਟ ਨੂੰ ਹੋਰ ਸਪੋਰਟ ਦੀ ਲੋੜ ਹੈਗੀ ਹੈ ਤੇ ਫਿਰ ਇਹ ਡਿਸਟ੍ਰਿਕਟ ਦੇ ਜਿਹੜੇ ਨੋਡਲ ਅਫਸਰ ਸਾਡੇ ਹੋਮ ਆਈਸੋਲੇਸ਼ਨ ਦੇ ਬਣਾਏ ਹੋਏ ਹੈਗੇ ਡਿਸਟ੍ਰਿਕਟ ਕੰਟਰੋਲ ਰੂਮ ਨੂੰ ਔਰ ਡਿਸਟ੍ਰਿਕਟ ਦੀ ਜਿਹੜੀ ਰੈਪਿਡ ਰਿਸਪੋਂਸ ਟੀਮਸ ਹੁੰਦੀਆਂ ਨੇ RRTs ਉਹਨਾਂ ਨੂੰ ਇਨਫੋਰਮ ਕਰਦੇ ਹੈਗੇ ਸਾਨੂੰ ਇੱਥੇ ਸੈਂਟਰਲੀ ਹੈੱਡਕੁਆਟਰ ਤੇ ਇਨਫੋਰਮ ਕਰਦੇ ਹੈਗੇ ਜੇਕਰ ਕਿਸੇ ਪੇਸ਼ੈਂਟ ਨੂੰ ਹਸਪਤਾਲ ਲੈ ਜਾਣ ਦੀ ਲੋੜ ਪਵੇ ਤਾਂ ਫਿਰ ਉਸ ਪੇਸ਼ੈਂਟ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ ਉਪਰਾਲਾ ਇਹ ਹੈਗਾ ਕਿ ਜਿਵੇਂ ਤੁਸੀਂ ਦੇਖਦੇ ਹੋ ਕਿ ਅੱਜ ਦੀ ਡੇਟ 'ਚ ਕਰੀਬ 25,000 ਪੇਸ਼ੈਂਟ ਐਕਟਿਵ ਹੈਗੇ ਨੇ ਪੰਜਾਬ ਦੇ ਉਹਨਾਂ ਵਿੱਚੋਂ ਸਾਡਾ ਜਿਹੜਾ ਐਕਸਪੀਰੀਅੰਸ ਰਿਹਾ ਹੈਗਾ ਕਰੀਬ 65% ਲੋਕ ਹੋਮ ਆਈਸੋਲੇਸ਼ਨ ਘਰ ਦੇ ਵਿੱਚ ਰਹਿਣਾ ਪਸੰਦ ਕਰ ਰਹੇ ਨੇ ਆਪਾਂ ਇਹ ਕਿਤੇ ਨਹੀਂ ਚਾਹੁੰਦੇ ਹੈਗੇ ਕਿ ਕਿਸੇ ਇੱਦਾਂ ਦੇ ਪੇਸ਼ੈਂਟ ਨੂੰ ਜਿਸ ਨੂੰ ਹਸਪਤਾਲ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਸਾਨੂੰ ਪਤਾ ਹੈਗਾ ਕਿ 60+ ਪੇਸ਼ੈਂਟ ਨੂੰ ਕਦੇ ਆਕਸੀਜਨ ਦੀ ਲੋੜ ਪੈਂਦੀ ਹੈ ਪਲੱਸ ਜੇ ਕਿਸੇ ਨੂੰ ਹੋਰ ਕੋਈ ਬਿਮਾਰੀ ਹੈਗੀ ਹੈ ਕੋਮੋਰਬਿਡ ਜੇ ਪਹਿਲਾਂ ਤੁਹਾਡੀ ਕੰਡੀਸ਼ਨ ਰਹੀ ਹੈ ਤਾਂ ਸਾਡੀ ਐਡਵਾਈਸ ਇਹ ਰਹਿੰਦੀ ਹੈਗੀ ਕਿ ਹਸਪਤਾਲ ਹੀ ਜਾਣ ਘਰ 'ਚ ਨਾ ਰਹਿਣਾ ਚਾਹੀਦਾ ਹੈਗਾ ਕਿਉਂਕਿ ਹਾਲਤ ਕਿਸੇ ਵੀ ਟਾਈਮ 'ਚ ਮਾੜੀ ਹੋ ਸਕਦੀ ਹੈ ਡੈਟੋਰੀਏਟ ਕਰ ਸਕਦੀ ਹੈ ਸੋ ਜਿਹੜੇ ਪੇਸ਼ੈਂਟ ਤਾਂ ਹਸਪਤਾਲ ਚਲੇ ਗਏ ਜਾਂ ਹਸਪਤਾਲ ਦੇ ਵਿੱਚ ਭਰਤੀ ਹੈਗੇ ਨੇ ਉਹਨਾਂ ਨੂੰ ਛੱਡ ਕੇ ਜਿੰਨੇ ਵੀ ਪੋਜ਼ਿਟਿਵ ਪੇਸ਼ੈਂਟਸ ਹੈਗੇ ਉਹਨਾਂ ਸਾਰਿਆਂ ਨੂੰ ਇਹ ਏਜੰਸੀ ਕੰਟੈਕਟ ਕਰਦੀ ਹੈ ਉਹਨਾਂ ਨੂੰ ਆਪਣੇ ਸਿਸਟਮ ਤੇ ਆਨਬੋਰਡ ਕਰਦੀ ਹੈਗੀ ਹੈ ਔਰ ਅਗਲੇ 14 ਦਿਨਾਂ ਤੱਕ ਡੇਲੀ ਉਹਨਾਂ ਨੂੰ ਕਾਲ ਕਰਦੀ ਹੈਗੀ ਹੈ 2 ਵਾਰੀ